ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਆਪਾਂ ਚੰਡੀਗੜ੍ਹ ਬ੍ਰਾਂਚ ਵਿੱਚ ਓਮ ਗਲੋਬਲ ਦੀ ਵਿੱਚ ਖੜ੍ਹੇ ਹਾਂ। ਸੋ ਅੱਜ ਓਮ ਗਲੋਬਲ ਨੂੰ 37 ਪਾਸਪੋਰਟ ਰਿਸੀਵ ਹੋਏ ਨੇ ਕੈਨੇਡਾ ਦੇ ਸਟੈਂਪ ਹੋ ਕੇ, ਜਿਹਦੇ ਵਿੱਚ 4 ਪਾਸਪੋਰਟ ਵਿਜ਼ਟਰ ਵੀਜ਼ਾ ਦੇ ਨੇ, 3 ਪਾਸਪੋਰਟ ਵਰਕ ਪਰਮਿਟ ਦੇ ਨੇ। ਸੋ 30 ਪਾਸਪੋਰਟ ਇੱਦਾਂ ਦੇ ਨੇ ਜਿਨ੍ਹਾਂ ਦੇ ਸਟੂਡੈਂਟਸ ਵੀਜ਼ਾ ਲੱਗੇ ਨੇ, ਜਿਹਦੇ ਵਿੱਚੋਂ 4 ਤੋਂ 5 ਇੱਦਾਂ ਦੇ ਵੀਜ਼ਾਜ਼ ਨੇ ਜਿਨ੍ਹਾਂ ਦੇ ਸਪਾਊਸ ਉਹਨਾਂ ਦੇ ਨਾਲ ਜਾ ਰਹੇ ਨੇ, ਮਾਸਟਰਸ ਬੇਸ 'ਤੇ ਜਾ ਰਹੇ ਨੇ। ਸੋ ਦੋਸਤੋ, ਇਹ ਪਾਸਪੋਰਟ ਦਿਖਾਉਣ ਦਾ ਮਕਸਦ ਇਹੀ ਹੈ ਸਾਡਾ, ਵੀ ਕੈਨੇਡਾ ਨੂੰ ਲੈ ਕੇ ਬਹੁਤ ਸਾਰੀਆਂ ਨੈਗੇਟਿਵ ਨਿਊਜ਼ ਆ ਰਹੀਆਂ। ਨੈਗੇਟਿਵ ਨਿਊਜ਼ ਇੱਦਾਂ ਦਾ ਮਤਲਬ ਵੀ ਕੈਨੇਡਾ ਦਾ ਵੀਜ਼ਾ ਨਹੀਂ ਲੱਗ ਰਿਹਾ, ਜਾਂ ਫਿਰ ਕੈਨੇਡਾ ਦਾ ਪਲੱਸ 2 ਤੋਂ ਬਾਅਦ ਉੱਥੇ ਜਾ ਕੇ ਵਰਕ ਪਰਮਿਟ ਬੰਦ ਹੋ ਗਿਆ ਹੈ। ਸੋ ਇੱਦਾਂ ਦੀਆਂ ਖਬਰਾਂ ਵਿੱਚ ਨਾ ਆਓ। ਸੋ ਜੋ ਸੱਚਾਈ ਹੈ ਪਹਿਲਾਂ ਉਸਨੂੰ ਪੜ੍ਹੋ, ਜਾਂ CIC ਦੀ ਵੈਬਸਾਈਟ 'ਤੇ ਜਾ ਕੇ ਦੇਖੋ, ਨਾਲ ਨਾਲ ਆਪਾਂ ਪਾਸਪੋਰਟ ਵੀ ਦਿਖਾਵਾਂਗੇ। ਸੋ ਜੋ ਸੱਚਾਈ ਹੈ ਵੀ ਪਲੱਸ 2 ਤੋਂ ਬਾਅਦ ਜੋ ਪਹਿਲਾਂ ਡਿਪੈਂਡੈਂਟ ਜਾਂਦਾ ਸੀ ਉਹ ਬੰਦ ਹੋਇਆ, ਨਾ ਕਿ ਪਲੱਸ 2 ਤੋਂ ਬਾਅਦ ਸਟੂਡੈਂਟ ਵੀਜ਼ਾ ਬੰਦ ਹੋ ਗਿਆ ਹੈ। ਸੋ ਵਰਕ ਪਰਮਿਟ ਵੀ ਉਸੇ ਤਰ੍ਹਾਂ ਮਿਲਦਾ ਪਿਆ ਉੱਥੇ ਜਾ ਕੇ। ਸੋ ਬਹੁਤ ਸਾਰੀਆਂ ਜਿਹੜੀਆਂ ਅਫਵਾਹਾਂ ਹੈ ਉਹਨਾਂ ਤੋਂ ਬਚੋ। ਸੋ ਬਹੁਤ ਸਾਰੇ ਕਾਲਸ ਆ ਰਹੇ ਨੇ ਬੱਚਿਆਂ ਦੇ ਪੇਰੈਂਟਸ ਦੇ ਵੀ ਸਾਡੇ ਬੱਚੇ ਨੇ ਕੈਨੇਡਾ ਜਾਣਾ ਹੈ, ਕਿ ਕੈਨੇਡਾ ਦਾ ਸਟੂਡੈਂਟ ਵੀਜ਼ਾ ਲੱਗਦਾ ਪਿਆ ਹੈ ਜਾਂ ਨਹੀਂ ਲੱਗਦਾ ਪਿਆ। ਸੋ ਉਹਨਾਂ ਨੂੰ, ਉਹਨਾਂ ਬੱਚਿਆਂ ਦੇ ਮਾਪਿਆਂ ਲਈ ਇਹ ਵੀਡੀਓ ਬਣਾਈ ਗਈ ਹੈ ਵੀ ਕੈਨੇਡਾ ਦੇ ਰੈਗੂਲਰ ਵੀਜ਼ਾਜ਼ ਆਏ ਨੇ, ਸਕਸੈਸ ਰੇਟ ਵੀ ਬਹੁਤ ਜ਼ਿਆਦਾ ਵਧੀਆ ਹੈ। ਸੋ ਤੁਸੀਂ ਵੀ ਪਲੱਸ 2 ਕੀਤੀ ਹੈ ਜਾਂ ਗ੍ਰੈਜੂਏਸ਼ਨ ਕੀਤੀ ਹੈ, ਜਾਂ ਫਿਰ ਤੁਸੀਂ ਵਰਕ ਪਰਮਿਟ 'ਤੇ ਜਾਣਾ ਚਾਹੁੰਦੇ ਨੇ, ਜਾਂ ਫਿਰ ਵਿਜ਼ਟਰ ਵੀਜ਼ਾ 'ਤੇ ਜਾਣਾ ਚਾਹੁੰਦੇ ਹੋ, ਸੋ ਇਹਨਾਂ ਬੱਚਿਆਂ ਵਾਂਗ, ਇਹਨਾਂ ਸਟੂਡੈਂਟ ਵਾਂਗ ਤੁਸੀਂ ਵੀ ਆਪਣਾ ਸੁਪਨਾ ਓਮ ਗਲੋਬਲ ਦੇ ਥਰੂ ਪੂਰਾ ਕਰ ਸਕਦੇ ਹੋ। ਇੱਕ ਹੋਰ ਵੱਡੀ ਪ੍ਰੋਬਲਮ ਆ ਰਹੀ ਹੈ, ਬਹੁਤ ਸਾਰੇ ਏਜੰਟਸ ਕਹਿ ਰਹੇ ਨੇ ਵੀ ਜੋ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਕੈਨੇਡਾ ਨੇ ਸ਼ੁਰੂ ਕੀਤੀ ਹੈ ਉਹ ਨਹੀਂ ਮਿਲ ਰਹੀ। ਸੋ ਜੀ ਹਾਂ, ਕਈ ਏਜੰਟਾਂ ਨੂੰ ਨਹੀਂ ਮਿਲ ਰਹੀ। ਜਿਹੜੇ ਏਜੰਟਾਂ ਨੇ ਕੈਨੇਡਾ ਨੂੰ ਪ੍ਰਮੋਟ ਪਹਿਲਾਂ ਕੀਤਾ ਸੀਗਾ, ਬਟ ਇਸ ਟਾਈਮ ਉਹਨਾਂ ਦੀਆਂ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਇੱਦਾਂ ਦੇ ਕਾਲਜਾਂ ਤੋਂ ਨਹੀਂ ਮਿਲ ਰਹੀਆਂ ਜੋ ਕਿ ਫੀਸਾਂ ਪਹਿਲਾਂ ਲੈਂਦੇ ਨੇ ਅਤੇ ਬਾਅਦ ਵਿੱਚ ਅਟੈਸਟੇਸ਼ਨ ਰਿਜੈਕਟ ਕਰਦੇ ਪਏ ਨੇ। ਸੋ ਓਮ ਗਲੋਬਲ ਦੇ ਥਰੂ ਤੁਸੀਂ ਕੈਨੇਡਾ ਦਾ ਸਟੂਡੈਂਟ ਵੀਜ਼ਾ ਅਪਲਾਈ ਕਰੋਗੇ ਤਾਂ ਤੁਸੀਂ, ਤੁਹਾਨੂੰ ਇੱਕ ਮੌਕਾ ਦਿੱਤਾ ਜਾ ਰਿਹਾ ਵੀ ਅਟੈਸਟੇਸ਼ਨ ਲੈਟਰ ਵੀ 1 ਤੋਂ 2 ਦਿਨ ਵਿੱਚ ਤੁਹਾਨੂੰ ਮਿਲੇਗੀ, ਔਫਰ ਲੈਟਰ ਵੀ ਮਿਲੇਗੀ। ਸੋ ਇੱਕ ਹੋਰ ਜੋ ਚੀਜ਼ ਹੈ ਜੋ ਲਗਾਤਾਰ ਪਿਛਲੇ 10 ਸਾਲਾਂ ਤੋਂ ਓਮ ਗਲੋਬਲ ਕਰ ਰਿਹਾ, ਉਹ ਇਹ ਚੀਜ਼ ਕਰ ਰਿਹਾ ਵੀ ਕੈਨੇਡਾ ਵਿੱਚ ਤੁਸੀਂ ਜਾਓਗੇ ਤਾਂ ਸਟੂਡੈਂਟ ਵੀਜ਼ਾ ਦੇ ਵਿੱਚ ਜਾਣਾ ਚਾਹੁੰਦੇ ਹੋ ਤਾਂ ਪਹਿਲਾਂ ਵੀ ਇਹ ਚੀਜ਼ ਹੁੰਦੀ ਸੀ ਵੀ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਤੁਸੀਂ ਦੇਣੇ ਹੈ, ਜਿੱਦਣ ਤੁਹਾਡਾ ਪਾਸਪੋਰਟ ਸਟੈਂਪ ਹੋ ਕੇ ਆ ਗਿਆ। ਸੋ ਇਹਦਾ ਮਤਲਬ ਇਹ ਹੈ ਵੀ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਤੁਹਾਨੂੰ ਮਿਲੇਗੀ ਅਤੇ ਤੁਹਾਡਾ ਵੀਜ਼ਾ ਅਪਲਾਈ ਹੋਵੇਗਾ, ਤਾਂ ਹੀ ਓਮ ਗਲੋਬਲ ਤੁਹਾਡੇ ਤੋਂ ਪੈਸੇ ਲਵੇਗਾ। ਸੋ ਬਹੁਤ ਸਾਰੇ ਸਟੂਡੈਂਟ ਅਜੇ ਵੀ ਰਿਫਿਊਜ਼ ਹੋ ਕੇ ਬੈਠੇ ਨੇ ਬਹੁਤ ਸਾਰੇ ਇੱਦਾਂ ਦੇ ਏਜੰਟਾਂ ਤੋਂ ਜਿਨ੍ਹਾਂ ਨੂੰ ਕੋਰਸ ਸਿਲੈਕਸ਼ਨ ਦਾ ਨਹੀਂ ਪਤਾ, ਪ੍ਰੋਵਿੰਸ਼ੀਅਲ ਅਟੈਸਟੇਸ਼ਨ ਦਾ ਵੀ ਨੌਲੇਜ ਨਹੀਂ ਹੈ। ਸੋ ਅਗਰ ਤੁਸੀਂ ਕੈਨੇਡਾ ਵਿੱਚ ਆਪਣਾ ਸੁਪਨਾ ਦੇਖ ਰਹੇ ਹੋ ਸਤੰਬਰ ਇਨਟੇਕ ਵਿੱਚ ਜਾਣ ਦਾ, ਸੋ ਇਹਨਾਂ ਸਟੂਡੈਂਟ ਵਾਂਗ ਤੁਸੀਂ ਵੀ ਆਪਣਾ ਭਵਿੱਖ ਉੱਥੇ ਜਾ ਕੇ ਦੇਖ ਸਕਦੇ ਹੋ। ਸੋ
ਅਗਰ ਤੁਸੀਂ ਸਤੰਬਰ ਇਨਟੇਕ ਵਿੱਚ ਜਾਣਾ ਚਾਹੁੰਦੇ ਹੋ, ਤੁਹਾਡੀ ਫਾਈਲ 10 ਤੋਂ 15 ਦਿਨ ਵਿੱਚ ਹਾਈ ਕਮਿਸ਼ਨ ਵਿੱਚ ਪਹੁੰਚਾਈ ਜਾਏਗੀ। ਤੁਸੀਂ ਸਿਰਫ ਦੋ ਹੀ ਚੀਜ਼ਾਂ ਕਰਨੀਆਂ ਹੈ, ਉਹ ਹੈ ਤੁਸੀਂ ਆਪਣਾ ਮੈਡੀਕਲ ਅਤੇ GIC ਕਰਵਾਉਣਾ ਹੈ। ਸਾਰੇ ਪੈਸੇ ਉਦੋਂ ਦੇਣੇ ਹੈ ਜਦੋਂ ਤੁਹਾਡਾ ਵੀਜ਼ਾ ਲੱਗ ਗਿਆ, ਵੀਜ਼ਾ ਲੱਗ ਗਿਆ ਯਾਨੀ ਕਿ ਸਟੈਂਪ ਲੱਗ ਕੇ ਤੁਹਾਡੇ ਪਾਸਪੋਰਟ 'ਤੇ ਆ ਗਈ ਹੈ। ਸੋ ਧੰਨਵਾਦ।